ਜੀ ਮੇਰੇ ਗਲ ਪਏ ਆ ਕੇ ਪੰਜ ਜਣੇ, ਠੀਕ ਆ, ਕੁੜੀ ਮੁੰਡੇ ਦੀ ਗੱਲ ਸੀ, ਮੇਰੇ ਨਾਲ ਮਤਲਬ ਨੀ ਕੋਈ ਇਹਨਾਂ ਦਾ ਅੱਤੀ ਪੱਕੀ ਪੈਣ ਦਾ। ਮੈਂ ਆਪਦੀ ਭੱਜ ਨੱਸ ਕੇ ਜਾਨ ਬਚਾਈ, ਇਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ, ਲੀੜੇ ਮੇਰੇ ਪਾੜੇ ਆ, ਨਾਲਾ ਮੇਰਾ ਖੋਲਣ ਲੱਗੇ ਆ, ਠੀਕ ਆ। ਮੈਂ ਹੁਣ ਇਹੋ ਚਾਹੁੰਦੀ ਹਾਂ ਵੀ ਇਹ ਜੇਲ੍ਹ ਚ ਜਾਣੇ ਚਾਹੀਦੇ ਇਹ ਸਾਰੇ। ਇਹ ਕਿੱਦਣ ਦੀ ਘਟਨਾ ਹੈ? ਇਹ 31 ਤਰੀਕ ਦੀ। ਤੇ ਜਿਹੜੇ ਗੱਲ ਪਏ ਸੀਗੇ ਉਹ ਕਿੰਨੇ ਕੁ ਜਾਣੇ ਸੀਗੇ? ਉਹ 5 ਜਣੇ, ਇੱਕ ਬੁੜੀ ਤੇ 4 ਬੰਦੇ। ਅੱਛਾ, ਹੁਣ ਪੁਲਿਸ ਨੇ ਪਰਚਾ ਕੋਈ ਕਾਰਵਾਈ ਕੀਤੀ ਹੈ? ਹਜੇ ਤਾਂ ਕੋਈ ਕਾਰਵਾਈ ਨਹੀਂ, ਕੋਈ ਸਾਨੂੰ ਉਹਨਾਂ ਵਿਖਾਇਆ ਨਹੀਂ ਵੀ ਆਹ ਫੜੇ ਗਏ ਆ, ਕੀਤੇ ਆ ਨਾ, ਜਾਣੇ ਆ ਮੋੜ ਆਉਣੇ, ਜਾਣੇ ਮੋੜ ਆਉਣੇ। ਤੁਹਾਡੀ ਕੀ ਮੰਗ ਹੈ? ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ, ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਦੀ ਕੀਤੀ ਜਿਹੋ ਜਿਹੀ ਇਹਨਾਂ ਨੂੰ ਭੋਗਣੀ ਪਵੇ। ਉਹਦੇ ਵਿੱਚ ਮੇਨ ਇਹੀ ਹੈ ਜੀ, ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਆ, ਤਾਂ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ, 20 ਨੰਬਰ ਮੁਕੱਦਮਾ ਨੰਬਰ ਦਰਜ ਕੀਤਾ। ਰੀਜ਼ਨ ਕੀ ਸੀ? ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਕੌਰ ਦੇ ਬੇਟੇ ਨੇ ਮੈਰਿਜ ਕਰਵਾ ਲਈ ਸੀ, ਉੱਥੋਂ ਦੇ ਇੱਕ ਮੁਹੱਲੇ ਦੀ ਜੀਵਨ ਨਗਰ ਦੀ ਲੜਕੀ ਆ, ਤੇ ਉਹਦੇ ਸੰਬੰਧ 'ਚ ਵੀ ਉਹ ਜਿਹੜੇ ਲੜਕੀ ਦੇ ਸੀਗੇ ਪੇਰੈਂਟਸ ਉਹਨਾਂ ਨੂੰ ਉਲਾਂਭਾ ਦੇਣ ਗਏ ਤੇ ਜਿੱਥੇ ਉਹਨਾਂ ਦੀ ਤੂਤੂ ਮੈਂ ਹੋ ਗਈ ਥੋੜ੍ਹੀ ਜਿਹੀ, ਉਹਦੇ ਤੋਂ ਫਿਰ ਉਹਨਾਂ ਦਾ ਥੋੜ੍ਹਾ ਜਿਹਾ ਡਿਸਪਿਊਟ ਜ਼ਿਆਦਾ ਵੱਧ ਗਿਆ ਲੜਕੀ ਨੂੰ ਲੈ ਕੇ। ਹਾਂਜੀ, ਵੀਡੀਓ ਕਲਿੱਪ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊਡ ਸੀਗੀ ਤੇ ਚੁੰਨੀ ਲਪੇਟੀ ਹੋਈ ਸੀ, ਤੇ ਉਹਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਉਹਦੀ ਬਣਾ ਕੇ। ਹਾਂਜੀ, ਹਾਂਜੀ, ਪਰਚਾ ਦਰਜ ਹੋ ਗਿਆ, ਇਹਦੇ ਸੰਬੰਧੀ ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਹਾਂ ਤੇ ਅਕਿਊਜ਼ਡ ਜਿਹੜੇ ਘਰੋਂ ਭੱਜੇ ਹੋਏ ਆ। ਕੀ ਨਾਮ ਤੇ ਪਛਾਣ ਕਿੰਨੇ? ਟੋਟਲ ਕਿੰਨੇ ਜਣੇ ਤੇ ਆ ਤੇ ਕੀ ਨਾਮ? ਟੋਟਲ 3 ਜਣੇ ਤੇ ਪਰਚਾ ਹੋਇਆ ਜੀ, 2 ਅਣਪਛਾਤੇ ਆ ਤੇ ਇਹਦੇ ਵਿੱਚ 2 ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਾਤਾ ਦੇ ਪਤੀ। ਤੇ ਜੀ ਮੇਰੇ ਗਲ ਪਏ ਆ ਕੇ 5 ਜਣੇ, ਠੀਕ ਆ, ਕੁੜੀ ਮੁੰਡੇ ਦੀ ਗੱਲ ਸੀ, ਮੇਰੇ ਨਾਲ ਮਤਲਬ ਨਹੀਂ ਕੋਈ ਇਹਨਾਂ ਦਾ ਅੱਤੀ ਪੱਕੀ ਪੈਣ ਦਾ। ਮੈਂ ਆਪਦੀ ਭੱਜ ਨੱਸ ਕੇ ਜਾਨ ਬਚਾਈ, ਇਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ, ਲੀੜੇ ਮੇਰੇ ਪਾੜੇ ਆ, ਨਾਲਾ ਮੇਰਾ ਖੋਲਣ ਲੱਗੇ ਆ, ਠੀਕ ਆ। ਮੈਂ ਹੁਣ ਇਹੋ ਚਾਹੁੰਦੀ ਹਾਂ ਵੀ ਇਹ ਜੇਲ੍ਹ ਚ ਜਾਣੇ ਚਾਹੀਦੇ ਇਹ ਸਾਰੇ। ਇਹ ਕਿੱਦਣ ਦੀ ਘਟਨਾ ਹੈ? ਇਹ 31 ਤਰੀਕ ਦੀ। ਤੇ ਜਿਹੜੇ ਗੱਲ ਪਏ ਸੀਗੇ ਉਹ ਕਿੰਨੇ ਕੁ ਜਾਣੇ ਸੀਗੇ? ਉਹ 5 ਜਣੇ, ਇੱਕ ਬੁੜੀ ਤੇ 4 ਬੰਦੇ। ਅੱਛਾ, ਹੁਣ ਪੁਲਿਸ ਨੇ ਪਰਚਾ ਕੋਈ ਕਾਰਵਾਈ ਕੀਤੀ ਹੈ? ਹਜੇ ਤਾਂ ਕੋਈ ਕਾਰਵਾਈ ਨਹੀਂ, ਕੋਈ ਸਾਨੂੰ ਉਹਨਾਂ ਵਿਖਾਇਆ ਨਹੀਂ ਵੀ ਆਹ ਫੜੇ ਗਏ ਆ, ਕੀਤੇ ਆ ਨਾ, ਜਾਣੇ ਆ ਮੋੜ ਆਉਣੇ, ਜਾਣੇ ਮੋੜ ਆਉਣੇ। ਤੁਹਾਡੀ ਕੀ ਮੰਗ ਹੈ? ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ, ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਦੀ ਕੀਤੀ ਜਿਹੋ ਜਿਹੀ ਇਹਨਾਂ ਨੂੰ ਭੋਗਣੀ ਪਵੇ। ਉਹਦੇ ਵਿੱਚ ਮੇਨ ਇਹੀ ਹੈ ਜੀ, ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਆ, ਤਾਂ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ, 20 ਨੰਬਰ ਮੁਕੱਦਮਾ ਨੰਬਰ ਦਰਜ ਕੀਤਾ। ਰੀਜ਼ਨ ਕੀ ਸੀ? ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਕੌਰ ਦੇ ਬੇਟੇ ਨੇ ਮੈਰਿਜ ਕਰਵਾ ਲਈ ਸੀ, ਉੱਥੋਂ ਦੇ ਇੱਕ ਮੁਹੱਲੇ ਦੀ ਜੀਵਨ ਨਗਰ ਦੀ ਲੜਕੀ ਆ, ਤੇ ਉਹਦੇ ਸੰਬੰਧ 'ਚ ਵੀ ਉਹ ਜਿਹੜੇ ਲੜਕੀ ਦੇ ਸੀਗੇ ਪੇਰੈਂਟਸ ਉਹਨਾਂ ਨੂੰ ਉਲਾਂਭਾ ਦੇਣ ਗਏ ਤੇ ਜਿੱਥੇ ਉਹਨਾਂ ਦੀ ਤੂਤੂ ਮੈਂ ਹੋ ਗਈ ਥੋੜ੍ਹੀ ਜਿਹੀ, ਉਹਦੇ ਤੋਂ ਫਿਰ ਉਹਨਾਂ ਦਾ ਥੋੜ੍ਹਾ ਜਿਹਾ ਡਿਸਪਿਊਟ ਜ਼ਿਆਦਾ ਵੱਧ ਗਿਆ ਲੜਕੀ ਨੂੰ ਲੈ ਕੇ। ਹਾਂਜੀ, ਵੀਡੀਓ ਕਲਿੱਪ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊਡ ਸੀਗੀ ਤੇ ਚੁੰਨੀ ਲਪੇਟੀ ਹੋਈ ਸੀ, ਤੇ ਉਹਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਉਹਦੀ ਬਣਾ ਕੇ। ਹਾਂਜੀ, ਹਾਂਜੀ, ਪਰਚਾ ਦਰਜ ਹੋ ਗਿਆ, ਇਹਦੇ ਸੰਬੰਧੀ ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਹਾਂ ਤੇ ਅਕਿਊਜ਼ਡ ਜਿਹੜੇ ਘਰੋਂ ਭੱਜੇ ਹੋਏ ਆ। ਕੀ ਨਾਮ ਤੇ ਪਛਾਣ ਕਿੰਨੇ ਜਣੇ ਤੇ ਆ ਤੇ ਕੀ ਨਾਮ? ਟੋਟਲ 3 ਜਣੇ ਤੇ ਪਰਚਾ ਹੋਇਆ ਜੀ, 2 ਅਣਪਛਾਤੇ ਆ ਤੇ ਇਹਦੇ ਵਿੱਚ 2 ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਾਤਾ ਦੇ ਪਤੀ।